ਮਲਕ ਸਾਹਿਬ ਇੱਕ ਨਾ ਇੱਕ ਚੱਪੜੀ ਕਪਾਲ ਲਵਾ ਲਓ ਤੇ ਆਪਣਾ ਆਪਣੇ ਵਾਸਤੇ ਨਾਮ ਲਵਾ ਲਓ ਹਾਂਜੀ ਸਾਹਿਬ ਆਪਣੇ ਵਾਸਤੇ ਚੱਪੜੀ ਕਪਾਲ ਨਵਾਉਣ ਲੱਗੇ ਨੇ ਦੇਖ ਸਕਦੇ ਹੋ ਇਹਦੀ ਪਕਾਈ ਕਿਸ ਤਰ੍ਹਾਂ ਹੁੰਦੀ ਹੈ ਮਲਕ ਸਾਹਿਬ ਠੀਕ ਹੋ ਨਹੀਂ ਸਾਹਿਬ ਆਪਣੇ ਫਿਊਚਰ ਤੇ ਰੋਸ਼ਨੀ ਪਾਓ ਥੋੜੀ ਪੈ ਗਈ ਪੈ ਗਈ ਤੇ ਆਪਣਾ ਉਮਰ ਭੱਟ ਕਾ ਇਹੀ ਪੈਗਾਮ ਹੈ ਗੋਸ਼ਤ ਖਾਏ ਔਰ ਗੋਸ਼ਤ ਬਣਾਏ ਠੀਕ ਹੈ ਅੱਛਾ ਜੀ ਪਲਾਓ ਸ਼ਾਹ ਔਰ ਕਬਾਬ ਸ਼ਬਾਬ ਲਾਏ ਤੇ ਤੋ ਉਹਨੇ ਅਬ ਹਮ ਖਾ ਚੁੱਕੇ ਹਾਂ ਮਲਕ ਸਾਹਿਬ ਵੀ ਖਾ ਰਹੇ ਹਾਂ ਮਲਕ ਸਾਹਿਬ ਅਭੀ ਖਾ ਰਹੇ ਹਾਂ ਤੋ ਕਹਿਣਾ ਬਸ ਇਹੀ ਚਾਹਤੇ ਹੈ ਹਮ ਦੋਨੋਂ ਆਪਸੇ ਅੱਛੀ ਖੁਰਾਕ ਖਾਏ ਔਰ ਅੱਛਾ ਬਣਾਏ ਬਾਕੀ ਭਾਈ ਔਰ ਭੈਣੋ ਅਗਰ ਕਿਸੀ ਸੇ ਪਿਆਰ ਕਰਤੇ ਹੋ ਤੋ ਪਿਆਰ ਦਿਖਾਤੇ ਵੀ ਹੈ ਲਾਈਕ ਸਬਸਕ੍ਰਾਈਬ ਕਰ ਦਿਆ ਕਰੋ ਹੈਂ